ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅੱਜ ਦੀ ਜਿਹੜੀ ਆਪਣੀ ਸਟੋਰੀ ਹੈ ਉਹ ਆਪਾਂ ਸ਼ੁਰੂ ਕਰਨੇ ਜਾ ਰਹੇ ਹਾਂ ਦ ਗਿਫਟ ਆਫ ਦਾ ਨਜਾਈ ਪੰਜਾਬੀ ਦੇ ਵਿੱਚ ਆਪਾਂ ਇਸ ਸਟੋਰੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਰਿਟਨ ਬਾਈ ਓ ਹੈਨਰੀ ਸੋ ਦੇਖੋ ਇਸ ਸਟੋਰੀ ਦੇ ਵਿੱਚ ਜਿਹੜੇ ਆਪਣੇ ਮੇਨ ਕੈਰੈਕਟਰ ਸਿਰਫ ਤਿੰਨ ਆਪਣੇ ਸਾਹਮਣੇ ਆਉਣਗੇ ਦੋ ਮੇਨ ਕੈਰੈਕਟਰ ਹੀ ਨੇ ਵੈਸੇ ਪਹਿਲਾ ਹੈਗਾ ਡਾਇਲਾ ਐਂਡ ਦੂਸਰਾ ਹੈਗਾ ਜਿਮ ਡੇਲਾ ਅਤੇ ਜਿਮ ਨੇ ਜਿਹੜੇ ਹਸਬੰਡ ਵਾਈਫ ਨੇ ਆਪਸ ਦੇ ਵਿੱਚ ਐਂਡ ਤੀਸਰਾ ਜਿਹੜਾ ਨਾਮ ਆਪਣੇ ਸਾਹਮਣੇ ਆਊਗਾ ਇਸ ਸਟੋਰੀ ਦੇ ਵਿੱਚ ਉਹ ਹੈਗਾ ਮੈਡਮ ਸਫਰੋਨੀ ਸੋ ਦੇਖੋ ਸਟੋਰੀ ਕਿੱਥੋਂ ਸ਼ੁਰੂ ਹੁੰਦੀ ਹੈ 크리스마ਸ ਤੋਂ ਇੱਕ ਦਿਨ ਪਹਿਲਾਂ ਦਾ ਦਿਨ ਹੈ ਜਿਹੜੀ ਡੈਲ ਹੈ ਤੇ ਜਿਮ ਨੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਇਹ ਜਿਹੜੇ ਹੈਗੇ ਨੇ ਇਹਨਾਂ ਦੀ ਜਿਹੜੀ ਕੰਡੀਸ਼ਨ ਹੈ ਮਤਲਬ ਫੈਮਿਲੀ ਕੰਡੀਸ਼ਨ ਹੈ ਥੋੜੀ ਜਿਹੀ ਪੂਰ ਹੀ ਹੈ ਮਤਲਬ ਜਿਆਦਾ ਇਹ ਅਮੀਰ ਜਿਹੜੇ ਨਹੀਂ ਹੈਗੇ ਇਹਨਾਂ ਦਾ ਘਰ ਦਾ ਸਮਾਨ ਤੇ ਇਹਨਾਂ ਦੇ ਕੱਪੜੇ ਪਹਿਨਨ ਵਾਲਿਓ ਕੀ ਨੇ ਮਤਲਬ ਐਵਰੇਜ ਹੀ ਨੇ ਵੀ ਠੀਕ ਠਾਕ ਜਿਹੀ ਹੈ ਕੋਈ ਜਿਆਦਾ ਅਮੀਰ ਨਹੀਂ ਹੈਗੇ ਇਹ ਦੋਨੋਂ ਇੱਕ ਦੂਸਰੇ ਨੂੰ ਬਹੁਤ ਜਿਆਦਾ ਪਿਆਰ ਕਰਦੇ ਨੇ ਔਰ ਕ੍ਰਿਸਮਸ ਦੇ ਮੌਕੇ ਤੇ ਇਹ ਦੋਨੋਂ ਹੀ ਇੱਕ ਦੂਸਰੇ ਨੂੰ ਆਪਣੀ ਤਰਫੋਂ ਬਹੁਤ ਹੀ ਵਧੀਆ ਜਿਹੜਾ ਗਿਫਟ ਹੈ ਉਹ ਦੇਣਾ ਚਾਹੁੰਦੇ ਨੇ ਸੋ ਜਿਹੜੀ ਡੈਲ ਹੈ ਇਸ ਮਕਸਦ ਦੇ ਨਾਲ ਆਪਣੇ ਪਤੀ ਜਿਮ ਨੂੰ ਕ੍ਰਿਸਮਸ ਦੇ ਦਿਨ ਗਿਫਟ ਦੇਣ ਵਾਸਤੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਪੈਸੇ ਨੇ ਉਹ ਜਮ੍ਹਾਂ ਕਰਦੀ ਆ ਰਹੀ ਹੈ ਐਨੇ ਦਿਨਾਂ ਤੋਂ ਉਸਦੇ ਪੈਸੇ ਜਿਹੜੇ ਜਮ੍ਹਾਂ ਕਰਨ ਦੀ ਕੋਸ਼ਿਸ਼ ਦੇ ਨਾਲ ਵੀ ਉਸ ਕੋਲ ਸਿਰਫ 1.87 ਪਾਉਂਡ ਜਿਹੜੇ ਜਮ੍ਹਾਂ ਹੋਏ ਨੇ ਜਿਹੜੇ ਕਿ ਬਹੁਤ ਘੱਟ ਨੇ ਜਿਸ ਨਾਲ ਉਹ ਆਪਣੇ ਪਤੀ ਜਿੰਮ ਦੇ ਲਈ ਕੋਈ ਵਧੀਆ ਗਿਫਟ ਹੈ ਜਿਹੜਾ ਉਹ ਨਹੀਂ ਖਰੀਦ ਸਕਦੀ ਜਿਹੜਾ ਜਿੰਮ ਹੈ ਉਹ ਮਤਲਬ ਗਿਆ ਹੋਇਆ ਹੈ ਬਾਹਰ ਡਿਊਟੀ ਤੇ ਸੋ ਇਸ ਲਈ ਜਿਹੜੀ ਡੈਲ ਹੈ ਉਹ ਕੀ ਹੈ ਉਹਨਾਂ ਦੇ ਘਰ ਦੇ ਵਿੱਚ ਮਤਲਬ ਆਇਨਾ ਜਿਹੜਾ ਸ਼ੀਸ਼ਾ ਵੀ ਨਹੀਂ ਹੈਗਾ ਸ਼ਕਲ ਦੇਖਣ ਵਾਸਤੇ ਜਿਹੜੀ ਵਿੰਡੋ ਹੈ ਖਿੜਕੀ ਹੈ ਉਸ ਦੇ ਸ਼ੀਸ਼ੇ ਨਾਲ ਹੀ ਉਹ ਆਪਣੀ ਸ਼ਕਲ ਜਿਹੜੀ ਉਹ ਦੇਖਦੇ ਨੇ ਸੋ ਜਿਹੜੀ ਡੈਲ ਹੈ ਜਦੋਂ ਇਹ ਦੇਖਦੀ ਹੈ ਇਹਦੇ ਕੋਲ ਪੈਸੇ ਬਹੁਤ ਘੱਟ ਨੇ ਸਿਰਫ 1.87 ਡਾਲਰ ਹੀ ਨੇ ਮਤਲਬ ਜੋ ਗਿਫਟ ਨਹੀਂ ਖਰੀਦ ਸਕਦੀ ਇੰਨੇ ਕੁ ਪੈਸਾ ਨਾਲ ਇਹ ਤਾਂ ਇਹ ਇੱਕਦਮ ਨਰਾਸ਼ ਹੋ ਕੇ ਕੀ ਹੈ ਉਹ ਵਿੰਡੋ ਦੇ ਜਿਹੜਾ ਸ਼ੀਸ਼ਾ ਹੈ ਉਸ ਅੱਗੇ ਜਾ ਕੇ ਖੜ ਜਾਂਦੀ ਹੈ ਜਦੋਂ ਉਸ ਅੱਗੇ ਜਾ ਕੇ ਖੜਦੀ ਖੜਦੀ ਹੈ ਇਹ ਆਪਣੇ ਵਾਲ ਖੋਲਦੀ ਹੈ ਜਿਹੜੇ ਇਸ ਦੇ ਵਾਲ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਸੁੰਦਰ ਨੇ ਤੇ ਲੰਬੇ ਵੀ ਇੰਨੇ ਜ਼ਿਆਦਾ ਨਾ ਕਿ ਮਤਲਬ ਉਸਦੇ ਗੋਡਿਆਂ ਤੱਕ ਆਉਂਦੇ ਨੇ ਤਾਂ ਜਦੋਂ ਉਹ ਆਪਣੇ ਇੰਨੇ ਲੰਬੇ ਵਾਲ ਦੇਖਦੀ ਹੈ ਤਾਂ ਉਸਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ ਕਿ ਕਿਉਂ ਨਾ ਉਹ ਆਪਣੇ ਜਿਹੜੇ ਵਾਲ ਨੇ ਉਹਨਾਂ ਨੂੰ ਵੇਚ ਕੇ ਆਪਣੇ ਹਸਬੰਦ ਦੇ ਲਈ ਕੋਈ ਸੋਨਾ ਜਾਂ ਗਿਫਟ ਹੈ ਜਿਹੜਾ ਉਹ 크ਿਸਮਸ ਦੇ ਦਿਨ ਉਹ ਲੈ ਕੇ ਆਵੇ ਤੇ ਉਸ ਨੂੰ ਦੇਵੇ ਤਾਂ ਇਸ ਮਕਸਦ ਦੇ ਨਾਲ ਉਹ ਡੈਲਾ ਕੀ ਹੈ ਜਿਹੜੀ ਮੈਡਮ ਆਪਣੀ ਮੈਡਮ ਸਫਰੋਨੀਆ ਹੈ ਇਹੇ ਵਾਲਾਂ ਦਾ ਕੰਮ ਕਰਦੀ ਹੈ ਮਤਲਬ ਜਿਹੜੇ ਵਾਲ ਹੁੰਦੇ ਨੇ ਆਪਣੇ ਉਹਨਾਂ ਨੂੰ ਖਰੀਦਦੀ ਹੈ ਤਾਂ ਜਿਹੜੀ ਡੈਲ ਹੈ ਉਹ ਮੈਡਮ ਸਫਰੋਨੀ ਕੋਲ ਜਾਂਦੀ ਹੈ ਤੇ ਮੈਡਮ ਸਫਰੋਨੀ ਕੋਲ ਜਾ ਕੇ 크리스마ਸ ਵਾਲੇ ਦਿਨ ਮੈਡਮ ਸਫਰੋਨੀ ਕੋਲ ਜਾ ਕੇ ਉੱਥੇ ਉਸ ਨੂੰ ਆਪਣੇ ਵਾਲ ਨੇ ਜਿਹੜੇ ਉਹ ਵੇਚ ਦਿੰਦੀ ਹੈ ਤੇ ਉਸ ਦੇ ਵਾਲਾਂ ਦੇ ਬਦਲੇ ਜਿਹੜੀ ਮੈਡਮ ਸਫਰੋਨੀ ਹੈ ਉਹ ਉਸ ਨੂੰ 20 ਡਾਲਰ ਜਿਹੜਾ ਉਹ ਦਿੰਦੀ ਹੈ ਸੋ ਉਸ 20 ਡਾਲਰ ਦਾ ਜਿਹੜੀ ਡੈਲ ਹੈ ਆਪਣੇ ਹਸਬੰਦ ਦੇ ਲਈ ਗਿਫਟ ਸੋਚਣਾ ਆਪਣਾ ਗਿਫਟ ਲੈਣ ਦੇ ਬਾਰੇ ਸੋਚਦੀ ਹੈ ਤਾਂ ਜਿਹੜੀ ਡੈਲ ਹੈ ਉਸਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਉਹ ਆਪਣੇ ਹਸਬੰਦ ਦੇ ਲਈ ਜਿਹੜੀ ਇੱਕ ਉਸ ਕੋਲ ਘੜੀ ਹੈ ਜਿਹੜਾ ਇਹਦਾ ਹਸਬੰਦ ਹੈ ਜਿੰਮ ਇਸ ਕੋਲ ਇੱਕ ਵਾਚ ਹੈ ਪਾਕਟ ਵਾਚ ਜਿਹੜੀ ਕਿ ਵਿਰਾਸਤ ਦੇ ਵਿੱਚ ਹੀ ਇਹਨਾਂ ਨੂੰ ਇਸ ਨੂੰ ਜਿੰਮ ਨੂੰ ਆਪਣੇ ਫਾਦਰ ਤੋਂ ਅਤੇ ਉਸ ਨੂੰ ਅੱਗੇ ਉਸਦੇ ਫਾਦਰ ਤੋਂ ਮਿਲੀ ਹੈ ਉਹ ਪਾਕਟ ਵਾਚ ਹੈ ਉਸਦੇ ਵਿੱਚ ਚੈਨ ਹੈ ਜਿਹੜੀ ਉਹ ਨਹੀਂ ਹੈਗੀ ਤਾਂ ਜਿਹੜੀ ਡੈਲ ਹੈ ਇਹ ਸੋਚਦੀ ਹੈ ਕਿ ਮੈਂ ਆਪਣੇ ਹਸਬੰਦ ਦੀ ਉਸ ਵਾਚ ਦੇ ਲਈ ਚੈਨ ਖਰੀਦਾਂ ਤਾਂ ਜਿਹੜੀ ਡੈਲ ਹੈ ਉਹ 21 ਆਪਣਾ ਡਾਲਰਸ ਦੇ ਵਿੱਚ ਉਸ ਦੀ ਜਿਹੜੀ ਪਾਕਟ ਵਾਚ ਹੈ ਉਸ ਲਈ ਇੱਕ ਚੈਨ ਹੈ ਜਿਹੜੀ ਉਹ ਉਸ ਨੂੰ ਗਿਫਟ ਦੇਣ ਵਾਸਤੇ ਖਰੀਦ ਲੈਂਦੀ ਹੈ ਤੇ ਜਦੋਂ ਇਹ ਘਰ ਆਉਂਦੀ ਹੈ ਤਾਂ ਘਰ ਆ ਕੇ ਇਹ ਬਹੁਤ ਜ਼ਿਆਦਾ ਥੋੜਾ ਡਰਦੀ ਵੀ ਹੈ ਤੇ ਥੋੜਾ ਨਰਾਸ਼ ਵੀ ਹੈ ਕਿ ਜਦੋਂ ਇਸ ਦਾ ਹਸਬੰਦ ਇਸ ਦੇ ਵਾਲ ਦੇਖੇਗਾ ਤਾਂ ਉਹ ਇਸ ਉੱਪਰ ਜ਼ਿਆਦਾ ਗੁੱਸਾ ਨਾ ਹੋਵੇ ਸੋ ਇੱਕ ਘਰ ਹੁੰਦੀ ਹੈ ਐਨੇ ਹੀ ਥੋੜੀ ਦੇਰ ਬਾਅਦ ਜਿਹੜਾ ਇਸ ਦਾ ਹਸਬੰਦ ਹੈ ਜਿਮ ਉਹ ਵੀ ਆ ਜਾਂਦਾ ਹੈ ਤੇ ਜਿਮ ਜਦੋਂ ਆਉਂਦਾ ਹੈ ਜਿਹੜਾ ਜਿਮ ਹੈ ਉਹ ਵੀ ਡੈਲਾ ਦੇ ਲਈ ਕੁਝ ਮਤਲਬ ਇੱਕ ਗਿਫਟ ਹੈ ਜਿਹੜਾ ਉਹ ਲੈ ਕੇ ਆਇਆ ਉਹ ਵੀ ਇਸ ਨੂੰ ਗਿਫਟ ਦੇਣਾ ਚਾਹੁੰਦਾ ਹੈ ਸੋ ਜਦੋਂ ਜਿਮ ਆਉਂਦਾ ਹੈ ਜਿਮ ਡੈਲਾ ਲਈ ਗਿਫਟ ਲੈ ਕੇ ਆਉਂਦਾ ਹੈ ਤਾਂ ਜਿਮ ਆਉਂਦੇ ਸਾਲ ਜਦੋਂ ਦੇਖਦਾ ਹੈ ਕਿ ਡੈਲਾ ਨੇ ਆਪਣੇ ਵਾਲ ਨੇ ਜਿਹੜੇ ਉਹ ਕਟਵਾ ਰੱਖੇ ਨੇ ਤਾਂ ਜਿਮ ਹੈ ਜਿਹੜਾ ਉਹ ਡੈਲਾ ਨੂੰ ਸਿਰਫ ਇਹੀ ਪੁੱਛਦਾ ਤੂੰ ਆਪਣੇ ਵਾਲ ਕਟਵਾ ਲੈ ਤਾਂ ਇਹ ਡੈਲਾ ਹੈ ਮਤਲਬ ਇਹ ਥੋੜਾ ਇਹ ਸਮਝਣ ਦੀ ਹੈ ਵੀ ਜਿਹੜਾ ਜਿਮ ਹੈ ਉਹ ਜ਼ਿਆਦਾ ਨਰਾਸ਼ ਹੋਊਗਾ ਤੋ ਜਿੰਮ ਵਾਰ-ਵਾਰ ਇਹੀ ਪੁੱਛਦਾ ਡੈਲਾ ਤੋਂ ਕਿ ਤੂੰ ਆਪਣੇ ਵਾਲ ਕਟਵਾ ਲੀਏ ਤਾਂ ਜਿਹੜਾ ਜਿੰਮ ਕੋਲ ਗਿਫਟ ਹੁੰਦਾ ਉਹ ਡੈਲਾ ਦੇ ਲਈ ਲੈ ਕੇ ਆਉਂਦਾ ਉਹ ਟੇਬਲ ਉੱਪਰ ਰੱਖ ਦਿੰਦਾ ਤੇ ਥੋੜਾ ਨਿਰਾਸ਼ ਜਿਹਾ ਦਿਖਾਈ ਦਿੰਦਾ ਤੇ ਜਿਹੜੀ ਡੈਲ ਹੈ ਉਸ ਨੂੰ ਮਨਾਉਂਦੀ ਹੈ ਕਿ ਕੋਈ ਗੱਲ ਨਹੀਂ ਜਿਹੜੇ ਮੇਰੇ ਵਾਲ ਨੇ ਉਹ ਬਹੁਤ ਜਲਦੀ ਵਾਪਸ ਆ ਜਾਣਗੇ ਕਹਿੰਦੀ ਮੈਂ ਆਪਣੇ ਵਾਲ ਇਸ ਲਈ ਕਟਵਾਏ ਨੇ ਕਿਉਂਕਿ ਮੈਂ ਤੇਰੇ ਲਈ ਜਿਹੜਾ ਇੱਕ ਗਿਫਟ ਹੈ ਉਹ ਖਰੀਦਣਾ ਚਾਹੁੰਦੀ ਸੀ ਇਸ ਲਈ ਮੈਂ ਆਪਣੇ ਵਾਲ ਨੇ ਜਿਹੜੇ ਉਹ ਵੇਚ ਦਿੱਤੇ ਪਰ ਬਹੁਤ ਜਲਦੀ ਕਹਿੰਦੀ ਮੇਰੇ ਜਿਹੜੇ ਵਾਲ ਨੇ ਉਹ ਵਾਪਸ ਆ ਜਾਣਗੇ ਤਾਂ ਜਿਹੜਾ ਜਿਮ ਹੈ ਉਸਨੇ ਜਦੋਂ ਗਿਫਟ ਆਪਣਾ ਟੇਬਲ ਉੱਪਰ ਰੱਖਿਆ ਤਾਂ ਜਦੋਂ ਡੈਲਾ ਨੇ ਉਹ ਗਿਫਟ ਦੇਖਿਆ ਉਹ ਗਿਫਟ ਕੀ ਸੀਗਾ ਉਹ ਇੱਕ ਕੰਗੀਆਂ ਦਾ ਮਤਲਬ ਪੈਕਟ ਸੀਗਾ ਕੰਗੀਆਂ ਦਾ ਜਿਹਦੇ ਵਿੱਚ ਜਿਹੜੀਆਂ ਕਿ ਡੈਲਾ ਨੂੰ ਬਹੁਤ ਜ਼ਿਆਦਾ ਪਸੰਦ ਸੀਗੀਆਂ ਬਟ ਉਹ ਮਹਿੰਗੀਆਂ ਸੀ ਇਸ ਲਈ ਕ੍ਰਿਸਮਸ ਦੇ ਦਿਨ ਜਿੰਮ ਨੇ ਫੈਸਲਾ ਕੀਤਾ ਕਿ ਉਹ ਗਿਫਟ ਹੈ ਜਿਹੜਾ ਉਹ ਡੈਲਾ ਨੂੰ ਕੰਗੀਆਂ ਦਾ ਵਾਲ ਮਾਉਣ ਦੇ ਲਈ ਦੇਵੇਗਾ ਪਰ ਡੈਲ ਜਿਹੜੀ ਉਸਨੇ ਆਪਣੇ ਵਾਲ ਨੇ ਜਿਹੜੇ ਕਟਵਾ ਲਏ ਚਲੋ ਡੈਲਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੇਰੇ ਬਹੁਤ ਜਲਦੀ ਵਾਲ ਆ ਜਾਣਗੇ ਤੇ ਮੈਂ ਇਹਨਾਂ ਨੂੰ ਯੂਜ਼ ਕਰ ਲਵਾਂਗੀ ਤੇ ਹੁਣ ਜਿਹੜੀ ਡੈਲ ਹੈ ਉਹ ਆਪਣੇ ਹਸਬੰਡ ਜਿੰਮ ਨੂੰ ਕਹਿੰਦੀ ਹੈ ਤੇ ਮੈਂ ਵੀ ਤੇਰੇ ਲਈ ਬਹੁਤ ਵਧੀਆ ਕਿਹੜਾ ਤੋਹਫ਼ਾ ਉਹ ਲੈ ਕੇ ਆਈਆਂ ਤਾਂ ਜਿਹੜੀ ਡੈਲ ਹੈ ਉਹ ਆਪਣੀ ਜੇਬ ਦੇ ਵਿੱਚੋਂ ਜਿਹੜੀ ਏਸ ਦੀ ਪਾਕਟ ਵਾਚ ਹੁੰਦੀ ਹੈ ਉਹਦੇ ਲਈ ਇੱਕ ਚੇਨ ਜਿਹੜੀ ਲੈ ਕੇ ਆਈ ਹੈ ਉਹ ਜਿਮ ਨੂੰ ਦਿੰਦੀ ਹੈ ਕਿ ਮੈਂ ਜਿਹੜੀ ਤੇਰੀ ਪਾਕਟ ਵਾਚ ਹੈ ਉਹਦੇ ਲਈ ਇਹ ਚੇਨ ਹੈ ਜਿਹੜੀ ਉਹ ਲੈ ਕੇ ਆਈ ਆ ਤਾਂ ਜਿਮ ਉਹ ਗਿਫਟ ਦੇਖਦਾ ਡੈਲਾ ਦੀ ਤਰਫੋਂ ਤਾਂ ਜਿਮ ਇੱਕਦਮ ਸੋਫੇ ਦੇ ਉੱਪਰ ਬੈਠ ਕੇ ਆਪਣੇ ਜਿਹੜੇ ਹੱਥ ਨੇ ਉਹ ਸਿਰ ਤੇ ਰੱਖ ਲੈਂਦਾ ਮਤਲਬ ਸੋਚ ਦੇ ਵਿੱਚ ਪੈ ਜਾਂਦਾ ਤਾਂ ਜਦੋਂ ਡੈਲਾ ਪੁੱਛਦੀ ਹੈ ਕਿ ਕੀ ਗੱਲ ਹੋਇਆ ਤਾਂ ਜਿਮ ਅੱਗੋਂ ਉਸ ਨੂੰ ਦੱਸਦਾ ਹੈ ਕਿ ਜਿਹੜਾ ਮੈਂ ਤੇਰੇ ਲਈ ਕੰਗੀਆਂ ਦਾ ਜਿਹੜਾ ਗਿਫਟ ਤੇਰੇ ਲਈ ਮੈਂ ਲੈ ਕੇ ਆਇਆ ਉਹ ਮੈਂ ਆਪਣੀ ਉਹ ਪਾਕਟ ਵਾਚ ਹੈ ਜਿਹੜੀ ਉਸ ਨੂੰ ਵੇਚ ਕੇ ਹੀ ਲੈ ਕੇ ਆਇਆ ਸੋ ਇਹ ਦੇਖ ਕੇ ਜਿਹੜੀ ਡੈਲ ਹੈ ਉਹ ਵੀ ਇੱਕਦਮ ਸ਼ੌਕਟ ਹੁੰਦੀ ਹੈ ਸੋ ਦੋਨੋਂ ਹੀ ਇੱਕ ਦੂਸਰੇ ਦੀ ਤਰਫ ਦੇਖਦੇ ਨੇ ਤੇ ਪਿਆਰ ਨਾਲ ਇੱਕ ਦੂਸਰੇ ਨੂੰ ਹੱਗ ਕਰਦੇ ਨੇ ਦੇਖੋ ਜਿਹੜੀ ਡੈਲ ਹੈ ਉਸ ਨੇ ਜਿੰਮ ਦੀ ਘੜੀ ਵਾਸਤੇ ਚੈਨ ਲੈਣ ਵਾਸਤੇ ਆਪਣੇ ਵਾਲ ਨੇ ਜਿਹੜੇ ਉਹ ਉਹ ਕਟਵਾਤੇ ਵੇਚਤੇ ਤੇ ਜਿਹੜਾ ਜਿੰਮ ਹੈ ਉਸਨੇ ਡੈਲਾ ਦੇ ਵਾਲਾਂ ਵਾਸਤੇ ਕੰਗੀਆਂ ਲੈਣ ਵਾਸਤੇ ਜਿਹੜੀ ਆਪਣੀ ਪਾਕਟ ਵਾਚ ਸੀ ਉਸ ਨੂੰ ਵੇਚ ਦਿੱਤਾ ਸੋ ਦੋਨਾਂ ਨੇ ਹੀ ਇੱਕ ਦੂਸਰੇ ਵਾਸਤੇ ਆਪਣੀ ਜਿਹੜੀ ਕੀਮਤੀ ਚੀਜ਼ਾਂ ਸੀ ਉਹਨਾਂ ਦੀ ਕੁਰਬਾਨੀ ਦਿੱਤੀ ਇੱਕ ਦੂਸਰੇ ਨੂੰ ਗਿਫਟ ਦੇਣ ਦੇ ਵਾਸਤੇ ਸੋ ਇਸ ਲਈ ਦੋਨੇ ਹੀ ਜਦੋਂ ਇਹ ਚੀਜ਼ ਦੇਖਦੇ ਨੇ ਮੁਸਕਰਾਉਂਦੇ ਨੇ ਤੇ ਪਿਆਰ ਨਾਲ ਇੱਕ ਦੂਸਰੇ ਨੂੰ ਹੱਗ ਕਰਦੇ ਨੇ ਤੇ ਆਪਣੇ ਆਪਣੇ ਗਿਫਟ ਨੇ ਜਿਹੜੇ ਉਹ ਸਾਈਡ ਤੇ ਰੱਖ ਕੇ ਇੱਕ ਦੂਸਰੇ ਨੂੰ ਕਹਿੰਦੇ ਨੇ ਕਿ ਚਲੋ ਡਿਨਰ ਕਰਦੇ ਹਾਂ ਸੋ ਇਹ ਡਿਨਰ ਕਰਨ ਲੱਗ ਜਾਂਦੇ ਨੇ ਜਿਹੜੀ ਸਟੋਰੀ ਆ ਉਹ ਇੱਥੇ ਹੀ ਖਤਮ ਹੋ ਜਾਂਦੀ ਹੈ ਸਿਰਫ ਆਪਾਂ ਨੂੰ ਸਟੋਰੀ ਦੇ ਵਿੱਚ ਹੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਇੱਕ ਦੂਸਰੇ ਲਈ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੈ ਕਿ ਇੱਕ ਦੂਸਰੇ ਨੂੰ ਗਿਫਟ ਦੇਣ ਦੇ ਵਾਸਤੇ ਆਪਣੀ ਜਿਹੜੀ ਕੀਮਤੀ ਚੀਜ਼ ਹੈ ਉਹਨਾਂ ਨੂੰ ਵੀ ਉਹਨਾਂ ਨੇ ਵੇਚ ਦਿੱਤਾ ਸੀ ਤੇ ਹੁਣ ਤੁਸੀਂ ਸੋਚੋਗੇ ਕਿ ਇਸ ਸਟੋਰੀ ਦਾ ਜਿਹੜਾ ਆਪਣਾ ਟਾਈਟਲ ਹੈ ਦਾ ਗਿਫਟ ਆਫ ਦਾ ਮਜਾਈ ਇਸ ਦਾ ਆਪਣੀ ਇਸ ਸਟੋਰੀ ਨਾਲ ਕੀ ਸੰਬੰਧ ਹੈ ਕਿ ਇਸ ਸਟੋਰੀ ਨੂੰ ਇਹ ਟਾਈਟਲ ਜਿਹੜਾ ਕਿਉਂ ਦਿੱਤਾ ਗਿਆ ਸੋ ਦੇਖੋ ਉਹ ਇਸ ਲਈ ਦਿੱਤਾ ਗਿਆ ਜਿਹੜਾ ਮਜਾਈ ਸ਼ਬਦ ਹੈ ਮਜਾਈ ਇਹ ਕੀ ਹੈ ਇਹ ਕੁਝ ਸਮਾਂ ਪਹਿਲਾਂ ਕੁਝਕ ਸਿਆਣੇ ਲੋਕਾਂ ਦਾ ਇੱਕ ਗਰੁੱਪ ਸੀ ਮਜਾਈ ਨਾਂ ਦਾ ਇੱਕ ਗਰੁੱਪ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਰਿਵਾਜ ਸ਼ੁਰੂ ਕੀਤਾ ਕਿ 크리스마ਸ ਦੇ ਮੌਕੇ ਇੱਕ ਦੂਸਰੇ ਨੂੰ ਜਿਹੜੇ ਗਿਫਟ ਨੇ ਉਹ ਦੇਣੇ ਚਾਹੀਦੇ ਨੇ ਸੋ ਜਿਹੜਾ ਆਪਣਾ ਰਾਈਟਰ ਉਹ ਹੈਨਰੀ ਉਹ ਡੇਲਾ ਅਤੇ ਜਿਮ ਇਹਨਾਂ ਦੋਨਾਂ ਨੂੰ ਮਜਾਈ ਜਿਹੜਾ ਗਰੁੱਪ ਹੈ ਉਸ ਨਾਲ ਮਤਲਬ ਕੰਪੇਅਰ ਕਰਦਾ ਕਿਉਂਕਿ ਇਹਨਾਂ ਨੇ ਵੀ ਇੱਕ ਦੂਸਰੇ ਨੂੰ ਗਿਫਟ ਦੇਣ ਵਾਸਤੇ ਜਿਹੜੀਆਂ ਆਪਣੀਆਂ ਕੀਮਤੀ ਚੀਜ਼ਾਂ ਸੀ ਉਹਨਾਂ ਦਾ ਬਲੀਦਾਨ ਦਿੱਤਾ ਸੀ ਸੋ ਇਸ ਲਈ ਇਸ ਸਟੋਰੀ ਦਾ ਜਿਹੜਾ ਟਾਈਟਲ ਹੈ ਉਹ ਰੱਖਿਆ ਗਿਆ ਦਾ ਗਿਫਟ ਆਫ ਦਾ ਮਝਾਈ ਸੋ ਜੇਕਰ ਸਟੋਰੀ ਸਮਝ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਤੇ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ